ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 8ਵੀਂ ਪਾਠ ਨੰਬਰ 2 ਜਿਵੇਂ ਕਿ ਪਹਿਲਾਂ ਅਸੀਂ ਕੁਦਰਤੀ ਸਾਧਨਾਵਾਰੇ ਕਰ ਰਹੇ ਹਾਂ ਪਹਿਲਾਂ ਅਸੀਂ ਮਿੱਟੀ ਬਾਰੇ ਕੀਤਾ ਕਿ ਮਿੱਟੀ 6 ਪ੍ਰਕਾਰ ਦੀ ਹੁੰਦੀ ਹੈ ਫਿਰ ਅਸੀਂ ਪਾਣੀ ਸਾਧਨ ਬਾਰੇ ਕੀਤਾ ਪਾਣੀ ਦੇ ਸਰੋਤਾਂ ਬਾਰੇ ਕੀਤਾ ਪਾਣੀ ਦੀ ਵੰਡ ਬਾਰੇ ਕੀਤਾ ਕਿ ਕਿੱਥੇ-ਕਿੱਥੇ ਪਾਣੀ ਕਿੰਨਾ-ਕਿੰਨਾ ਪਾਇਆ ਜਾਂਦਾ ਹੈ ਅੱਜ ਅਸੀਂ ਕੁਦਰਤੀ ਬਨਸਪਤੀ ਬਾਰੇ ਕਰਾਂਗੇ ਕੁਦਰਤੀ ਬਨਸਪਤੀ ਕੁਦਰਤ ਦੀ ਦੇਣ ਹੈ ਅਤੇ ਨਵਯਉਣ ਜੋਗ ਰੀਨਿਊਏਬਲ ਸਾਧਨਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੈ ਭਾਵ ਇਹ ਨਵਯਉਣ ਜੋਗ ਹੈ ਇੱਕ ਵਾਰ ਅਸੀਂ ਜੇਕਰ ਦਰਖਤ ਨੂੰ ਕੱਟ ਲਈਏ ਤਾਂ ਉਸ ਦੀ ਜਗ੍ਹਾ ਹੋਰ ਦਰਖਤ ਬਹੁਤ ਜਲਦੀ ਹੋ ਜਾਂਦੇ ਹਨ ਕੁਦਰਤੀ ਬਨਸਪਤੀ ਜਲਵਾਯੂ ਮਿੱਟੀ ਅਤੇ ਜੈਵਿਕ ਤੱਤਾਂ ਤੇ ਨਿਰਪਰ ਕਰਦੀ ਹੈ ਜੋ ਕੁਦਰਤੀ ਬਨਸਪਤੀ ਹੈ ਉਥੋਂ ਦਾ ਜ਼ਲ ਬਾਈਉ ਕਿ ਹੋ ਰਿਹਾ ਹੈ ਉਥੋਂ ਦੀ ਮਿੱਟੀ ਕਿਹਜੀ ਹੈ ਅਤੇ ਜੈਵਿਕ ਤੱਤਾਂ ਤੇ ਨਿਰਭਰ ਕਰਦੀ ਹੈ ਜਿਵੇਂ ਮਿੱਟੀ ਜਿਵੇਂ ਮਿੱਟੀ ਕੁਦਰਤੀ ਬਨਸਪਤੀ ਤੇ ਨਿਰਭਰ ਕਰਦੀ ਹੈ ਜਿਹੇ ਜੀ ਉਥੇ ਕੁਦਰਤੀ ਬਨਸਪਤੀ ਹੋਵੇਗੀ ਉਹੋ ਜੀ ਮਿੱਟੀ ਹੋਵੇਗੀ ਜੇਕਰ ਕੁਦਰਤੀ ਬਨਸਪਤੀ ਜ਼ਿਆਦਾ ਹੋਵੇਗੀ ਤਾਂ ਮਿੱਟੀ ਦੇ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਹੋਵੇਗੀ ਬਿਲਕੁਲ ਇਹ ਸਾਰੇ ਤੱਤ ਇੱਕ ਦੂਜੇ ਦੇ ਸਹਾਇਕ ਹਨ ਇਨ੍ਹਾਂ ਵਿੱਚੋਂ ਜੇ ਅਸੀਂ ਇੱਕ ਵੀ ਤੱਤ ਨੂੰ ਕੱਢ ਦਈਏ ਤਾਂ ਸਾਡੀ ਸਾਰੀ ਲੜੀ ਟੁੱਟ ਜਾਵੇਗੀ ਇਨ੍ਹਾਂ ਤੱਤਾਂ ਵਿੱਚੋਂ ਜਲਵਾਯੂ ਸਭ ਤੋਂ ਮਹੱਤਵਪੂਰਨ ਹੈ ਜੋ ਜਲਵਾਯੂ ਤੱਤ ਹੈ ਉਹ ਸਭ ਤੋਂ ਅਹਿਮ ਹੈ ਜਲਵਾਯੂ ਤੱਤ ਮੁੱਖ ਤੌਰ ਤੇ ਨਮੀ ਬਰਖਾ ਅਤੇ ਤਾਪਮਾਨ ਦਾ ਸੁਮੇਲ ਹੈ ਜੋ ਜਲਵਾਯੂ ਤੱਤ ਹੈ ਜਲ ਬਾਇਉ ਜਲ ਜਲਾ ਹੋ ਗਿਆ ਪਾਣੀ ਬਾਇਉ ਹੋ ਗਈ ਹਵਾ ਜਲ ਬਾਇਉ ਜਲ ਬਾਇਉ ਜਿਸ ਜੋ ਜਲ ਬਾਇਉ ਹੈ ਇਹ ਮੁੱਖ ਤੌਰ ਤੇ ਨਮੀ ਨਮੀ ਭਾਵ ਉਸ ਦੇ ਵਿੱਚ ਪਾਣੀ ਦੀ ਕਿੰਨੀ ਮਾਤਰਾ ਹੈ ਅਤੇ ਤਾਪਮਾਨ ਉਥੋਂ ਦਾ ਤਾਪਮਾਨ ਕਿਹੋ ਜਿਹਾ ਹੈ ਇਸ ਦਾ ਸਮੇਲ ਹੈ ਬਨਸਪਤੀ ਦਾ ਵਿਕਾਸ ਤਾਪਮਾਨ ਅਤੇ ਨਮੀ ਕਰਕੇ ਹੀ ਹੁੰਦਾ ਹੈ ਜੋ ਬਨਸਪਤੀ ਹੈ ਉਸ ਦਾ ਵਿਕਾਸ ਉਸਦਾ ਵਿਕਾਸ ਤਾਪਮਾਨ ਅਤੇ ਨਮੀ ਕਰਕੇ ਹੀ ਹੁੰਦਾ ਹੈ ਜਿਵੇਂ ਜੇਕਰ ਅਸੀਂ ਉਦਾਹਰਣ ਦੇ ਤੌਰ ਤੇ ਦੇਖੀਏ ਜਿਆਦਾ ਵਰਖਾ ਅਤੇ ਉੱਚੇ ਤਾਪਮਾਨ ਵਾਲੇ ਇਲਾਕਿਆਂ ਵਿੱਚ ਜਿਆਦਾ ਵਰਖਾ ਅਤੇ ਉੱਚੇ ਤਾਪਮਾਨ ਵਾਲੇ ਇਲਾਕੇ ਆ ਵਿੱਚ ਭੂਮਤ ਰੇਖੀ ਜੰਗਲ ਵਰਗੇ ਬਹੁਤ ਹੀ ਸੰਘਣੇ ਜੰਗਲ ਮਿਲਦੇ ਹਨ ਜਿੱਥੇ ਤਾਪਮਾਨ ਜਿਆਦਾ ਹੋਊਗਾ ਜਿੱਥੇ ਤਾਪਮਾਨ ਜਿਆਦਾ ਹੋਵੇਗਾ ਉੱਥੇ ਮੀਂਹ ਵੀ ਜਿਆਦਾ ਪਵੇਗਾ ਕਿਉਂਕਿ ਜਿੰਨਾ ਜ਼ਿਆਦਾ ਤਾਪਮਾਨ ਹੋਊਗਾ ਉੰਨੀ ਜ਼ਿਆਦਾ ਸਾਡੇ বায়ੂ ਮੰਡਲ ਦੇ ਵਿੱਚ ਨਮੀ ਹੋਵੇਗੀ ਕਿਉਂਕਿ ਨਮੀ ਅਤੇ ਤਾਪਮਾਨ ਦਾ ਗੂੜਾ ਸਬੰਧ ਹੈ ਨਮੀ ਅਤੇ ਤਾਪਮਾਨ ਦਾ ਗੂੜਾ ਸਬੰਧ ਹੈ ਜੇਕਰ ਤਾਪਮਾਨ ਜ਼ਿਆਦਾ ਹੋਵੇਗਾ ਤਾਂ ਸਾਡੇ বায়ੂ ਮੰਡਲ ਦੇ ਵਿੱਚ ਨਮੀ ਵੀ ਜ਼ਿਆਦਾ ਹੋਵੇਗੀ ਕਿਉਂਕਿ ਜਿੰਨਾ ਉੱਚਾ ਤਾਪਮਾਨ ਹੋਵੇਗਾ ਓਨੇ ਜ਼ਿਆਦਾ ਪਾਣੀ ਭਾਫ਼ ਬਣ ਕੇ ਸਾਰੇ বায়ੋਮੰਡਲ ਦੇ ਵਿੱਚ ਸ਼ਾਮਲ ਹੁੰਦਾ ਜਾਵੇਗਾ। ਭਾਪ ਉਹਨੇ ਜਲਵਾਸ਼ਪ ਬਣ ਕੇ ਉਹਨੇ ਜਲਵਾਸ਼ਪ ਬਣ ਕੇ ਪਾਣੀ ਉੱਪਰ ਜਾਂਦਾ ਰਹੇਗਾ ਜੋ ਬਰਖਾ ਦੇ ਰੂਪ ਵਿੱਚ ਦੁਬਾਰਾ ਧਰਤੀ ਤੇ ਆਉਂਦਾ ਰਹਿੰਦਾ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਪੂਮਦ ਰੇਖਾ ਕਿ ਪੂਮਦ ਰੇਖਾ ਦੇ ਖੇਤਰਾਂ ਤੇ ਹਰ ਰੋਜ਼ ਹਰ ਰੋਜ਼ ਮੀਂਹ ਪੈਂਦਾ ਹੈ ਅਤੇ ਉੱਥੇ ਗਰਮੀ ਵੀ ਬਹੁਤ ਪੈਂਦੀ ਹੈ। ਪੂਮਦ ਰੇਖਾ ਤੇ ਜੋ ਦਰਖਤ ਹਨ ਬਹੁਤ ਸੰਘਣੇ ਹਨ। ਕਿਉਂਕਿ ਉੱਥੇ ਜ਼ਿਆਦਾ ਮੀਂਹ ਕਰਕੇ ਉੱਥੇ ਗਰਮੀ ਵੀ ਜ਼ਿਆਦਾ ਹੈ ਅਤੇ ਮੀਂਹ ਵੀ ਜ਼ਿਆਦਾ ਹੈ ਤੇ ਤਾਂ ਕਰਕੇ ਜੋ ਸਾਡਾ ਬਨਸਪਤੀ ਹੈ ਬਨਸਪਤੀ ਦਾ ਵਿਕਾਸ ਤਾਪਮਾਨ ਅਤੇ ਨਮੀ ਕਰਕੇ ਹੀ ਹੁੰਦਾ ਹੈ ਜਿਵੇਂ ਜ਼ਿਆਦਾ ਬਰਖਾ ਅਤੇ ਉੱਚੇ ਤਾਪਮਾਨ ਵਾਲੇ ਇਲਾਕਿਆਂ ਵਿੱਚ ਪੂਮਦ ਰੇਖੀ ਜੰਗਲਾਂ ਵਰਗੇ ਬਹੁਤ ਹੀ ਸੰਘਣੇ ਜੰਗਲ ਮਿਲਦੇ ਹਨ ਉੱਥੇ ਜੰਗਲ ਜ਼ਿਆਦਾ ਸੰਘਣੇ ਮਿਲਣਗੇ ਸੰਸਾਰ ਦੇ ਅਲੱਗ-ਅਲੱਗ ਭਾਗਾਂ ਵਿੱਚ ਪਿੰਨ ਪਿੰਨ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ ਜੋ ਸਰਕਾਰ ਦੇ ਸਰਕਾਰ ਦੇ ਸੰਸਾਰ ਦੇ ਜੋ ਸੰਸਾਰ ਦੇ ਪਿੰਨ ਪਿੰਨ ਜਗ੍ਹਾ ਨਹੀਂ ਗਿਆ ਉੱਥੇ ਅਲੱਗ-ਅਲੱਗ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ ਕਿਉਂਕਿ ਜਿਹੜਾ ਸਥਾਨ ਭੂਮਤ ਰੇਖਾ ਦੇ ਨੇੜੇ ਹੋਵੇਗਾ ਉੱਥੇ ਬਨਸਪਤੀ ਜ਼ਿਆਦਾ ਸੰਘਣੀ ਹੋਵੇਗੀ ਜਿਉਂ-ਜਿਉਂ ਭੂਮਤ ਰੇਖਾ ਤੋਂ ਅਕਸ਼ਾਂਸ਼ੀ ਦੂਰੀ ਵਧਦੀ ਜਾਵੇਗੀ ਤਾਂ ਬਨਸਪਤੀ ਦੀ ਕਿਸਮ ਵੀ ਬਦਲਦੀ ਜਾਵੇਗੀ ਕਿਉਂਕਿ ਪੂਮਦ ਰੇਖਾ ਤੋਂ ਜਿਉਂ-ਜਿਉਂ ਧਰੁਵਾਂ ਵੱਲ ਜਾਂਦੇ ਜਾਵਾਂਗੇ ਤਾਂ ਉੱਥੇ ਮੀਂਹ ਦੀ ਮਾਤਰਾ ਘਟਦੀ ਜਾਵੇਗੀ ਤਾਂ ਕਰਕੇ ਉੱਥੇ ਜੋ ਬਨਸਪਤੀ ਹੈ ਉਸ ਦਾ ਰੂਪ ਵੀ ਬਦਲਦਾ ਜਾਵੇਗਾ ਬਨਸਪਤੀ ਦੀ ਕਿਸਮ ਮੁੱਖ ਤੌਰ ਤੇ ਜਲਵਾਯੂ ਮਿੱਟੀ ਦੀ ਕਿਸਮ ਅਤੇ ਕਿਸੇ ਸਥਾਨ ਦੀ ਸਮੁੰਦਰੀ ਤਲ ਤੋਂ ਉਚਾਈ ਤੇ ਨਿਰਪਰ ਕਰਦੀ ਹੈ ਜੋ ਬਨਸਪਤੀ ਹੈ ਉਸ ਦੀ ਕਿਸਮ ਜਲਵਾਯੂ ਉਥੋਂ ਦਾ ਜਲਵਾਯੂ ਕਿਹੋ ਜਿਹਾ ਹੈ ਗਰਮ ਹੈ ਠੰਡਾ ਹੈ ਕਿਹੋ ਜਿਹਾ ਹੈ ਜੋ ਜਲਵਾਯੂ ਹੈ ਜਲਵਾਯੂ ਜਲ ਪਲੱਸ ਬਾਈਉ ਜਲਵਾਯੂ ਨਿਰਪਰ ਕਰਦਾ ਹੈ ਤਾਪਮਾਨ ਅਤੇ ਨਮੀ ਤੇ ਜੇਕਰ ਤਾਪਮਾਨ ਜ਼ਿਆਦਾ ਹੋਵੇਗਾ ਤਾਂ ਨਮੀ ਜ਼ਿਆਦਾ ਹੋਵੇਗੀ ਜੇਕਰ ਤਾਪਮਾਨ ਘੱਟ ਹੋਵੇਗਾ ਤਾਂ ਨਮੀ ਘੱਟ ਹੋਵੇਗੀ ਅੱਗੇ ਜੋ ਬਨਸਪਤੀ ਹੈ ਬਨਸਪਤੀ ਜਲਵਾਯੂ ਜਲਵਾਯੂ ਤਾਨੂੰ ਮੈਂ ਦੱਸਦਾ ਵੀ ਜਲਵਾਯੂ ਜਲ ਪਲਸ ਬਾਈਓ ਉਹ ਜਲਵਾਯੂ ਤਾਪਮਾਨ ਅਤੇ ਨਮੀ ਨਮੀ ਤੇ ਨਿਰਪਰ ਕਰਦਾ ਹੈ ਜੇ ਤਾਪਮਾਨ ਜ਼ਿਆਦਾ ਹੋਵੇਗਾ ਤਾਂ ਨਮੀ ਜ਼ਿਆਦਾ ਹੋਵੇਗੀ ਤੇ ਤਾਪਮਾਨ ਘੱਟ ਹੋਵੇਗਾ ਤਾਂ ਨਮੀ ਘੱਟ ਹੋਵੇਗੀ ਮਿੱਟੀ ਦੀ ਕਿਸਮ ਮਿੱਟੀ ਕਿਹੋ ਜਹੀ ਹੈ ਮਿੱਟੀ ਕਾਲੀ ਮਿੱਟੀ ਹੈ ਪੀਲੀ ਮਿੱਟੀ ਹੈ ਬਨਸਪਤੀ ਉਸ ਤੇ ਵੀ ਨਿਰਪਰ ਕਰਦੀ ਹੈ ਕਿਸੇ ਸਥਾਨ ਦੀ ਸਮੁੰਦਰੀ ਤਲ ਤੋਂ ਉਚਾਈ ਜੋ ਸਥਾਨ ਸਮੁੰਦਰ ਤੋਂ ਕਿੰਨਾ ਉੱਚਾ ਹੈ ਉਸਤੇ ਵੀ ਨਿਰਭਰ ਕਰਦੀ ਹੈ ਕਿਉਂਕਿ ਕਿਤੇ-ਕਿਤੇ ਬਨਸਪਤੀ ਬਿਲਕੁਲ ਕੰਡਿਆਵਾਂਗ ਹੈ ਉਸਦੇ ਪੱਤੇ ਕੰਡਿਆਵਾਂਗ ਹੁੰਦੇ ਹਨ ਕਿਤੇ ਪੌਦਿਆਂ ਦੇ ਪੱਤੇ ਚੌੜੇ ਹੁੰਦੇ ਹਨ ਤੇ ਕਿਤੇ ਪੌਦਿਆਂ ਦੇ ਪੱਤੇ ਨੁਕੀਲੇ ਹੁੰਦੇ ਹਨ ਕੁਦਰਤੀ ਬਨਸਪਤੀ ਨੂੰ ਜੰਗਲਾਂ ਦਾ ਨਾਮ ਵੀ ਦਿੱਤਾ ਜਾਂਦਾ ਹੈ ਇਹ ਮਨੁੱਖ ਦੀਆਂ ਅਨੇਕਾਂ ਹੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਲੱਕੜ ਦੀ ਵਰਤੋਂ ਲੱਕੜ ਦੀ ਵਰਤੋਂ ਬਾਲਣ ਤੋਂ ਲੈ ਕੇ ਵੱਡੇ ਵੱਡੇ ਉਦਯੋਗਾਂ ਵਿੱਚ ਹੁੰਦੀ ਹੈ ਸਾਨੂੰ ਪਤਾ ਹੀ ਹੈ ਲੱਕੜ ਤੋਂ ਬਿਨਾ ਤਾਂ ਕੰਮ ਹੀ ਨਹੀਂ ਚੱਲ ਸਕਦਾ ਜੋ ਸਾਨੂੰ ਬਨਸਪਤੀ ਤੋਂ ਹੀ ਪ੍ਰਾਪਤ ਹੁੰਦੀ ਹੈ ਸਾਨੂੰ ਬਨਸਪਤੀ ਤੋਂ ਹੋਰ ਕੀ ਮਿਲਦਾਗਾ ਜੰਗਲਾਂ ਤੋਂ ਸਾਨੂੰ ਲੱਕੜ ਫਲ ਦਵਾਈਆਂ ਅਤੇ ਹੋਰ ਪਦਾਰਥ ਪ੍ਰਾਪਤ ਹੁੰਦੇ ਹਨ ਸਾਨੂੰ ਫਲ ਮਿਲਦੇ ਹਨ ਦਵਾਈਆਂ ਮਿਲਦੀਆਂ ਹਨ ਨਵੇਂ ਲੱਖ ਬਹੁਤਾਰੇ ਫਲ ਦਵਾਈਆਂ ਪਦਾਰਥ ਸਾਨੂੰ ਜੰਗਲਾਂ ਤੋਂ ਮਿਲਦੇ ਹਨ ਬਰਖਾ ਲਿਹਾਉਣ ਵਿੱਚ ਵੀ ਜੰਗਲ ਸਹਾਇਤਾ ਕਰਦੇ ਹਨ ਜਿਵੇਂ ਬਰਖਾ ਦੀ ਮਾਤਰਾ ਤੇ ਜੰਗਲਾਂ ਦੀ ਕਿਸਮ ਨਿਰਪਰ ਕਰਦੀ ਹੈ ਉਸੇ ਤਰ੍ਹਾਂ ਜੋ ਜੰਗਲ ਹਨ ਉਹ ਬਰਖਾ ਲਿਹਾਉਣ ਵਿੱਚ ਵੀ ਮਦਦ ਕਰਦੇ ਹਨ ਭਾਰਤ ਦੀ ਕੁਦਰਤੀ ਬਨਸਪਤੀ ਨੂੰ ਹੇਠ ਲਿਖੀਆਂ 5 ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਸਦਾਬਹਾਰ ਜੰਗਲ ਪਤਕੜੀ ਜੰਗਲ ਮਾਰੂਥਲੀ ਜੰਗਲ ਪਰਵਤੀ ਜੰਗਲ ਅਤੇ ਡੈਲਟਾਈ ਜੰਗਲ ਅਸੀਂ ਇਹਨਾਂ ਕੱਲੇ-ਕੱਲੇ ਬਾਰੇ ਅੱਗੇ ਕਰਾਂਗੇ ਭਾਰਤ ਵਿੱਚ ਬਰਖਾ ਅਤੇ ਤਾਪਮਾਨ ਭਾਰਤ ਵਿੱਚ ਬਰਖਾ ਅਤੇ ਤਾਪਮਾਨ ਵਿੱਚ ਆਸਮਾਨਤਾ ਹੋਣ ਕਰਕੇ ਅਲੱਗ-ਅਲੱਗ ਭਾਗਾਂ ਵਿੱਚ ਇਹ ਅਲੱਗ-ਅਲੱਗ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ ਅੱਗੇ ਇਸ ਦੇ ਕੁਐਸਚਨ ਆਨਸਰ ਆ ਗਏ ਕੁਦਰਤੀ ਬਨਸਪਤੀ ਕਿਸ ਦੀ देन ਹੈ ਕੁਦਰਤ ਦੀ ਨੇਚਰ ਕੁਦਰਤੀ ਬਨਸਪਤੀ ਕਿੰਨਾ ਤੱਤਾਂ ਤੇ ਨਿਰਭਰ ਕਰਦੀ ਹੈ ਜਲ ਭਾਯੂ ਮਿੱਟੀ ਅਤੇ ਜੈਵਿਕ ਤੱਤਾਂ ਤੇ ਜਲ ਭਾਯੂ ਮਿੱਟੀ ਅਤੇ ਜੈਵਿਕ ਤੱਤਾਂ ਤੇ ਭਰ ਦੇ ਕੁਦਰਤੀ ਬਨਸਪਤੀ ਨੂੰ ਕਿੰਨੇ ਕਿਸਮਾਂ ਚ ਵੰਡਿਆ ਜਾ ਸਕਦਾ ਹੈ ਪੰਜ ਖਾਲੀ ਥਾਂਵਾਂ ਭਰੋ ਬਨਸਪਤੀ ਦਾ ਵਿਕਾਸ ਬਨਸਪਤੀ ਦਾ ਵਿਕਾਸ ਤਾਪਮਾਨ ਅਤੇ ਨਮੀ ਕਰਕੇ ਹੀ ਹੁੰਦਾ ਹੈ ਤਾਪਮਾਨ ਅਤੇ ਨਮੀ ਕਰਕੇ ਹੀ ਹੁੰਦਾ ਹੈ ਕੁਦਰਤੀ ਬਨਸਪਤੀ ਨੂੰ ਜੰਗਲਾਂ ਦਾ ਨਾਮ ਵੀ ਦਿੱਤਾ ਗਿਆ ਹੈ ਜੰਗਲ ਬਰਖਾ ਲਿਹਾਉਣ ਵਿੱਚ ਬਰਖਾ ਲਿਓਨ ਵਿੱਚ ਸਹਾਇਤਾ ਵੀ ਜੰਗਲ ਕਰਦੇ ਹਨ ਸਹੀ ਜਾਂ ਗਲਤ ਬਨਸਪਤੀ ਮਨੁੱਖ ਦੀਆਂ ਅਨੇਕ ਲੋੜਾਂ ਨੂੰ ਪੂਰਾ ਕਰਦੀ ਹੈ ਬਿਲਕੁਲ ਸਹੀ ਹੈ ਜੰਗਲਾਂ ਤੋਂ ਸਾਨੂੰ ਲੱਕੜ ਫਲ ਦਵਾਈਆਂ ਅਤੇ ਹੋਰ ਪਦਾਰਥ ਪ੍ਰਾਪਤ ਹੁੰਦੇ ਹਨ ਇਹ ਵੀ ਬਿਲਕੁਲ ਸਹੀ ਹੈ ਇਸ ਤਰ੍ਹਾਂ ਅਸੀਂ ਅੱਜ ਸ਼੍ਰੇਣੀ 8ਵੀਂ ਕੁਦਰਤੀ ਸਾਧਨ ਪਾਠ ਨੰਬਰ 2 ਪਹਿਲਾਂ ਅਸੀਂ ਮਿੱਟੀ ਬਾਰੇ ਪੜਿਆ ਸੀ ਫਿਰ ਪਾਣੀ ਦੇ ਸਾਧਨਾਂ ਬਾਰੇ ਪੜਿਆ ਸੀ ਹੁਣ ਅਸੀਂ ਬਨਸਪਤੀ ਦੇ ਸਾਧਨਾਂ ਬਾਰੇ ਬੜ ਰਹੇ ਹਾਂ ਤੇ ਇੱਕ ਵੀਡੀਓ ਰਾਹੀਂ ਤੁਹਾਨੂੰ ਮੈਂ ਜੋ ਅਸੀਂ ਮਿੱਟੀਆ ਬਾਰੇ ਪੜਿਆ ਹੈ ਮਿੱਟੀਆ ਦੇ 6 ਕਿਸਮਾਂ ਦੇ ਆ ਵੱਖਰੇ ਵੱਖਰੇ 6 ਨਕਸ਼ੇ ਬਣਾ ਕੇ ਵੱਖਰੀ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਸਮਝਾਵਾਂਗਾ ਤਾਂ ਕਿ ਤੁਹਾਨੂੰ ਉਹ ਵੀ ਸਮਝ ਆ ਸਕੇ ਕਿ ਕਾਲੀ ਮਿੱਟੀ ਕਿੱਥੇ ਪਾਈ ਜਾਂਦੀ ਹੈ ਲਾਲ ਮਿੱਟੀ ਕਿੱਥੇ ਪਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਜੋ ਸਾਡੀ ਇਹ ਬਨਸਪਤੀ ਹੈ ਇਸ ਦੇ ਵੀ ਵੱਖਰੀਆਂ ਵੱਖਰੀਆਂ ਵੀਡੀਓ ਬਣਾ ਕੇ ਤੁਹਾਨੂੰ ਮੈਂ ਕਲੀ-ਕਲੀ ਕਲੀ-ਕਲੀ ਜਮੈਂ ਸਦਾਬਹਰ ਬਨਸਪਤੀ ਕਿੱਥੇ ਪਾਈ ਜਾਂਦੀ ਹੈ? ਪਤਝੜੀ ਬਨਸਪਤੀ ਕਿੱਥੇ ਪਾਈ ਜਾਂਦੀ ਹੈ? ਇਹ ਵੀ ਸਮਝਾਵਾਂਗਾ। ਧੰਨਵਾਦ।